ਮੰਗੀ ਮੈਂ ਰੋਟੀ ਮੰਗੀ ਕਮਰ ਕਰੀਬ ਹੋ ਕੇ ਆਦੇ ਅੱਖੀਂ ਜੋ ਕੋਈ ਨਹੀਂ ਖੁਦਾ ਦਾ ਬੰਦਾ ਤੇਰੇ ਸਾਹਮਣੇ ਉਹ ਖੜੇ ਜਿਹਦੇ ਸਾਹਮਣੇ ਕੋਈ ਚੀਜ਼ ਨਾਮੁਮਕਿਨ ਨਹੀਂ ਬੇਸ਼ੱਕ ਵਾਹ ਵਾਹ ਜਲਦੀ ਕਰ ਅੱਖੀਂ ਮੰਗ ਅੱਖੀਂ ਮੰਗੀ ਤੇ ਮੌਕਾ ਹੀ ਕਿਤਾਬ ਵਾਲੇ ਡੂਰੀ ਵੇ ਤਾਂ ਲਿਖਿਆ ਇੱਕ ਰੱਸੀ ਅੱਖਾਂ ਤੇ ਫੇਰੀ ਦੂਜਾ ਮੇਰੇ ਮੌਲਾ ਦੀ ਅਬਾ ਅੱਖਾਂ ਤੇ ਫੇਰੀ ਦੇ ਅੱਖਾਂ ਠੀਕ ਹੋ ਗਈ ਮੈਂ ਆਦਾ ਕਿਹਦਾ ਖੁਸ਼ ਨਸੀਬ ਹੈ ਡੇਰੇ ਵਾਲਿਓ ਅੱਖਾਂ ਕੋਈ ਨਾ ਤਾਂ ਕੋਈ ਨਾ ਤੇ ਜਿਹੜਾ ਅੱਖਾਂ ਮਿਲੀਅਨ ਸਭ ਤੋਂ ਪਹਿਲੇ ਦਿੱਠਾ ਅਲੀ ਇੱਕ ਵਾਰੀ ਜੁਮਲਾ ਦੁਹਰਾਓ ਤੇ ਮੈਂ ਲੁੱਥ ਕਿਨੋ ਉਸ ਕਿਆ ਮੰਗੀ ਰੋਟੀ ਕਿਥੇ ਰਿਵਾਇਤ ਚ ਲਿਖਾਓ ਵੇ ਉਹ ਆਖਵੇ ਅੱਠ ਰੋਟੀਆਂ ਦਿਓ ਦੋ ਰੋਟੀਆਂ ਦਿਓ ਉਸ ਆਖੇ ਰੋਟੀ ਬਸ ਮੈਂ ਕੋ ਭੁੱਖ ਲੱਗੀ ਯਾਰ ਬੰਦੇ ਭੁੱਖ ਲੱਗੀ ਹੋਵੇ ਤੇ ਇੱਕ ਰੋਟੀ ਨਾਲ ਹੀ ਗੁਜ਼ਾਰਾ ਥੀ ਮੈਂ ਸਹੀ ਹੈ ਬੋਲੋ ਸਹੀ ਹੈ ਇਹ ਵੈਸੇ ਨੀਂਦਰ ਤੇ ਰੋਟੀ ਬੰਦੇ ਦੇ ਵਸ ਵਿੱਚ ਹੈ ਠੀਕ ਹੈ ਅਗਰ ਬੰਦਾ ਚਾਹੇ ਕਿ ਮੈਂ ਰੋਟੀ ਥੋੜੀ ਖਾਵਾਂ ਨਾ ਤੇ ਚਾਰ ਦਿਹਾੜੇ ਇੱਕ ਇੱਕ ਰੋਟੀ ਖਾਵੇ ਨਾ ਪੰਜਵੇਂ ਦਿਹਾੜੇ ਇੱਕ ਲੁਕਮਾ ਉਤੇ ਨਾ ਖਾ ਸਕੇ ਸਹੀ ਹੈ ਇੱਕ ਬੰਦਾ ਚਾਹੁੰਦਾ ਮੈਂ ਸਿਰਫ 4 ਘੰਟੇ ਨੀਂਦਰ ਕਰਾਂ ਪੰਜ ਦਿਹਾੜੇ ਅਲਾਰਮ ਲਾ ਛੇਵੇਂ ਦਿਹਾੜੇ ਨਾ ਲਾਉਣ 4 ਘੰਟਾ ਬਾਅਦ ਤੇ ਨੀਂਦ ਪੂਰੀ ਥੀ ਵੈਸੇ ਖਵਾਏ ਆਪਣੀ ਮਰਜ਼ੀ ਨਾਲ ਬੋਲੋ ਤਾਂ ਸਹੀ ਮੈਂ ਚੁੱਪ ਕਰ ਗਿਆ ਹੋਵੇ ਜੀ ਮੈਂ ਪਾਗਲ ਜੀ ਪਹਿਲਾਂ ਮੈਂ ਤੁਹਾਨੂੰ ਤਵਜ ਹੈ ਜਾਂ ਨਹੀਂ ਬਈ ਇੱਕ ਰੋਟੀ ਨਾਲ ਹੀ ਰਹਿ ਸਕਦਾ ਬੰਦਾ ਤੇ ਉਸ ਆਖੇ ਖਾਣਾ ਇਹ ਨਹੀਂ ਆਖਾ ਜੋ 6 ਰੋਟੀਆਂ ਦੇ ਉਹ ਜਾਂ 10 ਰੋਟੀਆਂ ਜਾਂ ਇੱਕ ਰੋਟੀ ਰੋਟੀ ਉਹਦੇ ਬਦਲੇ ਮੇਰੇ ਮੌਲਾ ਨੇ ਕਹਿ ਦਿੱਤਾ 400 ਉਸ ਆਖੇ ਰੋਟੀ ਤੇ ਬਦਲੇ 400 ਇਹ ਜੁਮਲੇ ਦਾ ਤਾਂ ਲੁੱਥ ਖਿਨੋ ਨਾ ਤੁਸਾਂ ਉਸ ਸਵਾਲ ਕੀਤਾ ਰੋਟੀ ਦਾ ਮੌਲਾ ਦਿੱਤੀ ਹੈ 400 ਉਠ ਦੀ ਕਤਾਰ ਉਤੋਂ ਪਿਆ ਦੇਣ ਜਿਹੜਾ ਸਖੀ ਹੈ ਮੰਗੇ ਹੀ ਗਏ ਨਹੀਂ ਮੈਨੂੰ